समुंद शाह सुल्तान गिरहा से ती माल तन कीड़ी तुलना हो बनी जे तिस मनो न मिसरे। सबे दुख मुके सच्चे पातशाह जी हथ बन देया मथा टेक देया तुसी आन टुके सच्चे पातशाह जी हेठा चानन दा दरिया बगे मेहर दा बरसे मेघ बाबा जिन्ना थावां ते पाए पैर तुसी उथे अज भी वरते देग बाबा। पार नानक पार नानक सब थाए कुंकार नानक आर नानक पार नानक सब थाए कुंकार नानक चश्माए तू रोशनियां दी रेखाए एक तेरा ही दरबार सच्चा बाकी सब परम पुरे आओ सैंदी पूरी यक भी पंजाब पर्दा 90% नाल यूथ बलिए कहिए देखी ऐत के बड़ा के पैंदे तू शहर छड देश ने सपोर्टा विच नी चिट्टे कुर्ते पजामे यट पाउन लगे लगता है खड़ा होगा वोटा विच नी चिट्टे कुर्ते पजामे यट पाउन लगे काली रेंज उत्ते बत्ती लाल बलिए आओ लोका दे दिलां विच बसे गबरू होरां वांगू बस कल्ले नोटां विच नी चिट्टे कुर्ते पजामे यट पाउन लगे लगता है खड़ा होगा वोटां विच नी चिट्टे कुर्ते पजामे यट पाउन लगे लगता है खड़ा होगा वोटां विच नी यो इट्स लाइक ऑल द गोस्ट्स एंड बेबी वी स्टिल द गोस्ट्स रोलिंग स्क्रीमिंग स्केरी आवर्स व्हाइल आई एम I see y'all haters talking online, y'all do the most. Thinking that y'all make a difference every time we post. Try to cut the outrageous, lies but the ranges. Rockin' 98, we bringin' changes. Machiavelli mindset, we ain't like these strangers. We the same ones who put the industry in danger. Yeah, and we ain't gon' stop. You know we got a man, we at the top. You know we at the top. ਪਲੇ ਹੋਏ
break the beat, come on the stage. So, apna next song play kita jave. Tujhe phulkari ya mainu lagdi jaan to pyari ya eh da pal. Gas karo kidhi ni chaliya. ਮੱਠੀ ਮੱਠੀ ਜਾਲ ਕੰਮ ਫਤੇ ਹੋਏ Thank you.
स्वागत करेंगे सबका स्वागत ਸੈਲੀਬ੍ਰੇਟ ਕਰ ਰਹੇ ਹਾਂ ਜ਼ਿਆਦਾ ਟਾਈਮ ਨਾ ਲਾਉਂਦੇ ਹੋਏ ਮੈਂ ਤੁਹਾਨੂੰ ਥੋੜ੍ਹਾ ਜਿਹਾ ਬੈਕਗਰਾਉਂਡ ਦੱਸੂਗਾ ਵੀ ਟੀਚਰਸ ਡੇ ਬਣਾਇਆ ਕਿਉਂ ਜਾਂਦਾ ਤਾਂ ਕਿ ਐਟਲੀਸਟ ਆਪਾਂ ਜਿਹੜੇ ਇਵੈਂਟ ਲਈ ਇਕੱਠੇ ਹੋਏ ਹੈ ਉਹਦਾ ਆਪਾਂ ਨੂੰ ਪਤਾ ਹੋਵੇ ਟੀਚਰਸ ਡੇ ਆਪਣੇ ਦੇਸ਼ ਦੇ ਪੂਰਵ ਰਾਸ਼ਟਰਪਤੀ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਨਨ ਦੀ ਜਯੰਤੀ ਦੇ ਤੌਰ 'ਤੇ ਮਨਾਇਆ ਜਾਂਦਾ ਇਹ ਆਪਣੇ ਦੇਸ਼ ਦੇ ਪਹਿਲੇ ਉਪ ਰਾਸ਼ਟਰਪਤੀ ਸੀ
ਜਿਨ੍ਹਾਂ ਨੂੰ 1954 ਤੋਂ ਲੈ ਕੇ ਹੁਣ ਤੱਕ ਉਹਨਾਂ ਦੀ ਜਯੰਤੀ ਜਿਹੜੀ ਹੈ ਉਹ ਟੀਚਰਸ ਡੇ ਦੇ ਰੂਪ 'ਤੇ ਸੈਲੀਬ੍ਰੇਟ ਕੀਤੀ ਜਾਂਦੀ ਹੈ। ਇਹ ਇੱਕਮਾਤਰ ਇੱਦਾਂ ਦੇ ਬੰਦੇ ਸੀ ਇੰਡੀਅਨ ਜਿਨ੍ਹਾਂ ਨੂੰ 27 ਵਾਰ ਨੋਬਲ ਪ੍ਰਾਈਜ਼ ਦੇ ਲਈ ਨੋਮੀਨੇਟਡ ਕੀਤਾ ਗਿਆ। ਬਾਏ ਪ੍ਰੋਫੈਸ਼ਨ ਇੱਕ ਟੀਚਰ ਸੀਗੇ, ਦੈਨ ਇਹ ਰਾਜਨੀਤੀ 'ਚ ਆਏ, ਇੱਕ ਪਰਟੀਕੁਲਰ ਪਾਰਟੀ ਦੇ ਵੱਲੋਂ ਇਹਨਾਂ ਨੇ ਚੁਣਾਵ ਵੀ ਲੜਿਆ ਅਤੇ ਰਾਸ਼ਟਰਪਤੀ ਪਦ 'ਤੇ ਸਥਾਪਿਤ ਹੋਏ ਦੂਸਰੇ ਰਾਸ਼ਟਰਪਤੀ ਦੇ ਤੌਰ 'ਤੇ। ਅਤੇ ਇਹਨਾਂ ਦਾ ਇੱਕ ਛੋਟਾ ਜਿਹਾ ਇਤਿਹਾਸ ਹੈ। ਇਹਨਾਂ ਦਾ ਮੰਨਣਾ ਇਹ ਸੀ ਕਿ ਬੱਚਿਆਂ ਨੂੰ ਤੱਥਾਂ ਦੇ ਬਾਰੇ, ਫੈਕਟ ਦੇ ਬਾਰੇ ਉਹਨਾਂ ਨੂੰ ਠੂਸ ਠੂਸ ਕੇ ਰਟਾਉਣ ਤੋਂ ਬਜਾਏ ਇੱਦਾਂ ਦੀ ਉਹਨਾਂ ਦੀ ਫਾਊਂਡੇਸ਼ਨ ਹੋਣੀ ਚਾਹੀਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਪ੍ਰੋਬਲਮਸ ਉਹ ਫੇਸ ਕਰਨ ਰੀਅਲ ਲਾਈਫ ਦੇ ਵਿੱਚ, ਉਹਨਾਂ ਨੂੰ ਕਿਵੇਂ ਟੈਕਲ ਕੀਤਾ ਜਾਵੇ। ਓਨਲੀ ਥਿਓਰਟੀਕਲ ਨੌਲੇਜ ਅੱਜ ਤੋਂ 70-75 ਸਾਲ ਪਹਿਲਾਂ ਜਿਹੜੀਆਂ ਗੱਲਾਂ ਉਹਨਾਂ ਨੇ ਦੱਸੀਆਂ ਅੱਜ ਉਹ ਸੱਚਾਈ ਹੋ ਰਹੀ ਹੈ ਕਿਤੇ ਨਾ ਕਿਤੇ। ਇਨਫੋਰਮੇਸ਼ਨ ਤੁਹਾਡੇ ਕੋਲ, ਫੈਕਟਸ ਇੰਟਰਨੈਟ 'ਤੇ, ਕੰਪਿਊਟਰ 'ਤੇ ਬਹੁਤ ਸਾਰੇ ਅਵੇਲੇਬਲ ਹੈ, ਬਟ ਲੋੜ ਹੈਗੀ ਹੈ ਨੀਤੀਗਤ ਸੁਧਾਰ ਦੀ ਜਿਹੜਾ ਆਪਣੇ ਆਉਣ ਵਾਲੇ ਭਵਿੱਖ ਨੂੰ ਹੋਰ ਸੁਖਾਲਾ ਬਣਾਵੇ। ਲਾਸਟ ਦੇ ਵਿੱਚ ਸਭ ਨੂੰ ਬਹੁਤ ਬਹੁਤ ਵਧਾਈ। ਬੱਚੇ ਤੁਸੀਂ ਸਾਰੇ ਜਣੇ ਅਭਿਵਾਦਨ ਦੇ ਪਾਤਰ ਹੋ ਕਿ ਤੁਸੀਂ ਉਪਰਾਲਾ ਕੀਤਾ। ਥੈਂਕ ਯੂ ਸੋ ਮਚ। ਰਾਸ਼ਟਰਪਤੀ ਰਹਿ ਚੁੱਕੇ ਆ, ਉਹਨਾਂ ਦੇ ਜਵਾਕਾਂ ਨਾਲ ਬਹੁਤ ਮੋਹ ਸੀ। ਬੱਚੇ ਉਹਨਾਂ ਦਾ ਜਨਮ ਦਿਨ ਬਹੁਤ ਧੂਮਧਾਮ ਨਾਲ ਮਨਾਉਣਾ ਚਾਹੁੰਦੇ ਸੀ, ਪਰ ਉਹਨਾਂ ਨੇ ਬੱਚਿਆਂ ਨੂੰ ਕਿਹਾ ਕਿ ਮੈਂ ਇਸ ਗੱਲ 'ਤੇ ਜ਼ਿਆਦਾ ਖੁਸ਼ ਹੋਊਂਗਾ ਜੇ ਤੁਸੀਂ ਮੇਰਾ ਜਨਮ ਦਿਨ ਨਾ ਮਨਾ ਕੇ ਅੱਜ ਦੇ ਦਿਨ ਨੂੰ ਟੀਚਰਸ ਡੇ ਦੇ ਰੂਪ 'ਚ ਮਨਾਓ। ਤੇ ਉਸੇ ਦਿਨ ਤੋਂ ਇਹ ਰੀਤ ਚੱਲੀ ਆ ਰਹੀ ਹੈ ਕਿ 5 ਸਤੰਬਰ ਨੂੰ ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਗੁਰੂ ਅਕੈਡਮੀ ਤੇ ਗੁਰੂ ਅਕੈਡਮੀ 'ਚ ਗੁਰੂਆਂ ਦਾ ਦਿਨ ਨਾ ਮਨਾਇਆ ਜਾਵੇ ਏਦਾਂ ਤਾਂ ਹੋ ਹੀ ਨਹੀਂ ਸਕਦਾ। ਸੋ ਮੈਂ ਆਪਣੀ ਪਹਿਲੀ ਪਰਫਾਰਮੈਂਸ ਨਾਲ ਬੁਲਾਉਣਾ ਚਾਹੂੰਗੀ ਆਸ ਦੀ ਮਿਸ ਕਸ਼ਿਸ਼ ਸ਼ਰਮਾ ਨੂੰ। ਕਸ਼ਿਸ਼, ਪਲੀਜ਼ ਕਮ ਔਨ ਦਾ ਸਟੇਜ। ਸਾਰਿਆਂ ਨੂੰ ਪਹਿਲਾਂ ਤਾਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਮੈਂ ਆ ਕਸ਼ਿਸ਼ ਸ਼ਰਮਾ, ਤੇ ਅੱਜ ਮੇਰੀ ਫਸਟ ਟਾਈਮ ਇੰਡੀਵਿਜੁਅਲ ਸੌਂਗ ਪਰਫਾਰਮੈਂਸ ਹੈਗੀ ਹੈ ਜੋ ਕਿ ਮੈਨੂੰ ਪਹਿਲੀ ਵਾਰੀ ਮੌਕਾ ਮਿਲਿਆ ਆ, ਤੇ ਮੈਂ ਚਾਹੂੰਗੀ ਕਿ ਬਹੁਤ ਵਧੀਆ ਜਾਵੇ ਤੇ ਆਈ ਹੋਪ ਕਿ ਵਧੀਆ ਹੀ ਹੋਵੇ। ਸੋ ਮੈਂ ਸ਼ੁਰੂ ਕਰਦੀ ਹਾਂ ਇੱਕ ਸ਼ਬਦ ਤੋਂ। ਜੋੜੀ ਵੇ ਲਟਕੇ ਸਰ
ਸਾਜ ਸੁਮੇਗ ਸੋਹਣਿਆ ਮੇਰਾ ਵੀ ਤੈਨੂੰ ਕੋੜੀ ਚੜੀਆਂ ਦਾਦੀ ਸਾਡੇ ਲਈ ਕਿਉਂ ਹੋਰੇ ਵਿਟਾਰੇ ਤੇਰੀ ਸਿੱਖਿਆ ਤੇ ਉਤਰੇ ਤੇਰੇ ਨਾਮੇ ਕਰਕੇ ਸਿਰਾਂ ਦੀਆਂ ਭੇਟਾਂ ਰੱਬ ਦੇ ਪਿਆਰ ਕਰੀਏ ਦਾਦੀ ਪਿਤਾ ਦਾ ਨਾਮ ਰੋਸ਼ਨ ਜਹਾਨ ਕਰੀਏ ਰੋਸ਼ਨ ਜਹਾਨ ਕਰੀਏ ਬਿਨਾ ਗਿਆ ਦਾਦੀ ਜੁਦਾਈ ਦਾ ਸਾਇਆ ਚ ਮੁੜ ਕੇ ਆਉਣਾ ਨਹੀਂ ਤੈਨੂੰ ਦੱਸੀ ਕਿਵੇਂ ਕੀ ਹੋਣਾ ਏ ਤੇਰੀ ਅੱਖੀਆਂ ਨੂੰ ਅਸੀਂ ਰੁਲਾਉਣਾ ਨਹੀਂ ਤੇਰੀ ਅੱਖੀਆਂ ਨੂੰ ਅਸੀਂ Thank you.
ਹਰ ਗੱਲ ਗੋਟਿਤ ਕਹਿਣਾ ਆਖੀ ਨੇ ਮੰਨੋ ਨਾ ਮੰਨੋ ਹੈ ਕਾਤਲ ਨੇ
ਸੋ ਨੈਕਸਟ ਹੈ ਕੌਣ ਕਿਹਾ ਸੀ ਨਹੀਂ ਜੀ ਅਕਸਰ ਵੋਕੈਬਲਰੀ ਦਾ ਸਵਾਲ ਤਾਂ ਨਹੀਂ ਪਾਉਂਦੇ ਕੌਣ ਪਾਉਂਦਾ ਕਲਾਸ ਵੋਕੈਬਲਰੀ ਦਾ ਸਵਾਲ ਨਹੀਂ ਗੈਸ ਕਰੋ ਇਹ ਤਾਂ ਬਹੁਤ ਈਜ਼ੀ ਆ ਕੌਣ ਪਾਕਿਸਤਾਨ ਕੌਣ ਕਮਾਉਂਦਾ ਵੋਕੈਬਲਰੀ ਕੀ ਗੱਲਾਂ ਕੌਣ ਕਰਦਾ ਗੋਟਿਟ ਕੌਣ ਬੋਲਦਾ ਗੋਟਿਟ ਕੌਣ ਬੋਲਦਾ ਗੋਟਿਟ ਗੁਰਪਿੰਦਰ ਸਰ ਓਕੇ ਅੱਛਾ ਅੱਛਾ ਮੈਨੂੰ ਗੁਰਵਿੰਦਰ ਸਰ ਸੁਣਿਆ ਸੋਰੀ ਨੈਕਸਟ ਹੈ ਬੇਸ਼ੱਕ ਮੱਠੀ ਮੱਠੀ ਚਾਲ ਉਹਨਾਂ ਦੀ ਬੇਸ਼ੱਕ ਮੱਠੀ ਮੱਠੀ ਚਾਲ ਉਹਨਾਂ ਦੀ ਕਦੇ ਕਦਾਈ ਢਿੱਲ ਜਾਵੇ ਗੱਲ ਵੱਖਰੀ ਏ ਉਂਝ ਐਕਟਿਵ ਚੱਪੋ ਪੈਰ ਦੇਖਿਆ ਏ ਪਹਿਲਾਂ ਨਾਲੋਂ ਸੁਭਾਅ ਥੋੜਾ ਜਿਹਾ ਚੇਂਜ ਹੋਇਆ ਏ ਹਾਸਾ ਮਖੌਲ ਤਾਂ ਹੁਣ ਵੀ ਕਰ ਲੈਂਦੇ ਨੇ ਇੱਕ ਦੋ ਵਾਰੀ ਨਿੱਕ ਗੁੱਸੇ ਦਾ ਮੈਂ ਜ਼ਰੂਰ ਸਿੱਖਿਆ ਏ ਹੌਸਲੇ ਅੱਜ ਵੀ ਜਵਾਨ ਨੇ ਹੌਸਲੇ ਅੱਜ ਵੀ ਜਵਾਨ ਨੇ ਕੀ ਹੋਇਆ ਸਾਡੇ ਨਾਲੋਂ ਉਮਰੋਂ ਅੱਗੇ ਨੇ ਆਈਲੈਂਡਸ ਵਾਲਾ ਮਿਰਜ਼ਾ ਜਗਾਉਣ ਤੇ ਉਹ ਤਾਂ ਲੱਗੇ ਹੋਏ ਨੇ ਕੌਣ ਹੋ ਸਕਦਾ ਹੈ ਓਕੇ ਨੈਕਸਟ ਹੈ ਜੀ ਸ਼ਟਿਕ ਜਿਹਾ ਸੁਭਾਅ ਉਹਨਾਂ ਦਾ ਸ਼ਟਿਕ ਜਿਹਾ ਸੁਭਾਅ ਹੈ ਉਹਨਾਂ ਦਾ ਸ਼ੁਰੂ ਸ਼ੁਰੂ ਵਿੱਚ ਇਉਂ ਲੱਗਿਆ ਸੀ ਪਤਾ ਲੱਗਿਆ ਇਹਨਾਂ ਨਹੀਂ ਆ ਜਦ ਸਮਾਂ ਥੋੜਾ ਜਾ ਲੱਗਿਆ ਸੀ ਚੀਕ ਚੀਕ ਕੇ ਇੰਗਲਿਸ਼ ਵਿੱਚ ਇਉਂ ਸਮਝਾਉਣਾ ਜਦ ਵਿੱਚ ਕਲਾਸੇ ਸ਼ੋਰ ਜਾ ਲੱਗਿਆ ਸੀ ਹੁਣ ਤੇ ਆਦੀ ਜੇ ਹੋ ਗਏ ਹਾਂ ਅਸੀਂ ਵੀ ਹੁਣ ਤੇ ਆਦੀ ਜੇ ਹੋ ਗਏ ਹਾਂ ਅਸੀਂ ਵੀ ਜੇ ਨਾ ਬੋਲੀਏ ਇਉਂ ਮਾਹੌਲ ਫਿੱਕਾ ਜਾ ਲੱਗਿਆ ਸੀ ਤਾਂ ਰੀਡਿੰਗ ਲਿਸਨਿੰਗ ਵੇਲੇ ਮਜ਼ਾਲ ਹੈ ਇੱਕ ਮਿੰਟ ਉੱਤੇ ਹੋ ਜੇ ਰੀਡਿੰਗ ਲਿਸਨਿੰਗ ਵੇਲੇ ਮਜ਼ਾਲ ਹੈ ਕਿ ਇੱਕ ਮਿੰਟ ਉੱਤੇ ਹੋ ਜੇ ਮੋਕ ਟੈਸਟ ਚਾਂ ਕੋਫ ਐਗਜ਼ਾਮ ਵਾਲਾ ਰੰਗਿਆ ਸੀ ਸ਼ਟਿਕ ਜਿਹਾ ਸੁਭਾਅ ਹੈ ਉਹਨਾਂ ਦਾ ਸ਼ੁਰੂ ਸ਼ੁਰੂ ਵਿੱਚ ਇਉਂ ਲੱਗਿਆ ਸੀ ਰਾਜਵੀਰ ਮੈਮ ਓਕੇ ਥੈਂਕ ਯੂ ਭਰ ਕੇ ਰੱਖਦੀ ਨੈਣੀ ਕੱਜਲ ਜੋ ਹੋ ਜਾਵਾਂ ਸਦਾ ਰਹੇ ਬੁੱਲਾਂ ਤੇ ਬਣਹਾਸਾ ਛੋ ਜਾਵਾਂ ਉਹ ਗੱਲਾਂ ਦੇ ਡਿੰਪਲ ਬੜਾ ਮੋਹਦੇ ਨੇ ਕਤਲ ਕਰਨਗੇ ਸਾਡਾ ਜਾਂ ਕੁਝ ਹੋਰ ਹੀ ਚਾਹੁੰਦੇ ਨੇ ਹਰ ਦੁਆ ਜੋ ਕਰੇ ਉਹ ਮੰਗ ਮੈਂ ਹੋ ਜਾਵਾਂ ਏਦਾਂ ਉਹਦੇ ਹਰ ਵੇਲੇ ਸੰਗ ਮੈਂ ਹੋ ਜਾਵਾਂ ਇਹ ਚਾਵਾਂ ਨਾਲ ਰੰਗ ਬਰੰਗੀਆਂ ਪਾਉਂਦੀ ਜੋ ਗੁੰਗਾਂ ਨਾਲ ਖੁਦ ਸਜੋ ਜਾਵਾਂ ਲਾਉਂਦੀ ਨੱਕ ਦੇ ਜੋ ਸਿਰ ਤੋਂ ਚੁੰਨੀ ਉਹ ਗੋਟੇ ਦਾ ਅੰਗ ਅੰਗ ਮੈਂ ਹੋ ਜਾਵਾਂ ਪਾਉਂਦੀ ਪੈਰੀ ਬਸ ਉਹ ਜੁੱਤੀ ਹੋ ਜਾਵਾਂ ਸੁੱਚੀ ਜੀ ਉਹ ਪੈੜਾਂ ਦੀ ਮਿੱਟੀ ਹੋ ਜਾਵਾਂ ਗੂੜੇ ਗੂੜੇ ਮੇਚ ਕਰ ਪਾਵੇ ਸੂਟਾਂ ਦੇ ਉਹ ਰੰਗ ਮੈਂ ਹੋ ਜਾਵਾਂ ਭਰ ਕੇ ਰੱਖਦੀ ਨੈਣੀ ਕੱਚਰ ਹੋ ਜਾਵਾਂ ਸਦਾ ਰਹੇ ਜੋ ਬੁੱਲਾਂ ਤੇ ਉਹ ਬਣ ਹਾਸਾ ਛੋ ਜਾਵਾਂ ਸੋ ਥੈਂਕ ਪੇਜ ਦਵਾਂਗੇ ਉਹਦੇ ਉੱਪਰ ਐਡਸ ਤੇ ਕੁਝ ਲਾਈਨਾਂ ਲਿਖੀਆਂ ਹੋਣਗੀਆਂ ਤੇ ਟੀਚਰਸ ਨੇ ਗੈਸ ਕਰਨਾ ਹੈ ਵੀ ਉਹ ਲਾਈਨ ਕਿਹੜੇ ਐਡ ਦੀ ਹੈਗੀ ਆ ਤੇ ਉਹਦੇ ਬੇਸ ਤੇ ਆਪਾਂ ਇੱਕ ਵਿਨਰ ਕੱਢਾਂਗੇ ਛੱਤੀ ਕਮੀਆਂ ਗਿਣਾ ਕੇ ਯਾਰੀ ਤੋੜੀ ਬੱਲੇ ਦੀ ਤੇਰੇ ਬੱਲੇ ਜੱਟੀਏ ਜਾਵੇ ਨਿਭਗੀ ਜਾਵੇ ਨਿਭਗੀ ਨਿਭੀਏ ਭਾਵੇਂ ਥੋੜੀ ਬੱਲੇ ਦੀ ਤੇਰੇ ਬੱਲੇ ਜੱਟੀਏ ਛੱਤੀ ਕਮੀਆਂ ਗਿਣਾ ਕੇ ਯਾਰੀ ਤੋੜੀ ਬੱਲੇ ਦੀ ਤੇਰੇ ਬੱਲੇ ਜੱਟੀਏ ਮਾਰਦੀ ਦਿਲਾਰੇ ਅੱਜ ਲੱਗ ਜੁਵਾਨੀ ਮੁੜ ਕੇ ਹਾਰਦੀ ਦਿਲਾਰੇ ਅੱਜ ਲੱਗ
ਸ਼ੇਕ ਮੇਰਾ ਵੇ ਜੇ ਤੂੰ ਹੋਰ 45 ਵਾਂਗੂ ਘੱਟ ਮਿਲਦਾ ਮੇਰੇ ਨਾਲ ਸਾਸ ਨਾ ਕਰੋ ਦੇ ਦਿਲ ਦਾ ਖੁਸ਼ੀ ਵਾਂਗ ਹਵਾਵਾਂ
ਕਹਿ ਕੇ ਕੋਲੋਂ ਲੰਘ ਜਾਂਦੇ ਹੋ ਮੈਂ ਮਿੱਟੀ ਵਾਂਗੂ ਉੱਡ ਕੇ ਖੁਸ਼ੀ ਮਨਾਉਂਦਾ ਹਾਂ ਉਹ ਮੈਂ ਨਿੱਤ ਖੜਦਾ ਓ ਨਰਾਵਾਂ ਤੇ ਤੁਸੀਂ ਅੱਖ ਚੁੱਕਦੇ ਨਹੀਂ ਲਫ਼ਜ਼ਾਂ ਦੇ ਮੈਣ ਬਣਾਉਂਦਾ ਹਾਂ ਤੁਹਾਡੇ ਲਈ ਟੁੱਕਦੇ ਨਹੀਂ ਉਹ ਹੱਕ ਦਾ ਨਹੀਂ ਇਹ ਦਿਲ ਚੰਦਰਾ ਮੈਂ ਲੱਕ ਸਮਝਾਉਂਦਾ ਹਾਂ ਤੁਸੀਂ ਵਾਂਗ ਹਵਾਵਾਂ ਖਹਿ ਕੇ ਕੋਲੋਂ ਲੰਘ ਜਾਂਦੇ ਹੋ ਮੈਂ ਮਿੱਟੀ ਵਾਂਗੂ ਉੱਡ ਕੇ ਖੁਸ਼ੀ ਮਨਾਉਂਦਾ ਹਾਂ ਉਹ ਤੁਸੀਂ ਵਾਂਗ ਹਵਾਵਾਂ ਖਹਿ ਕੇ ਕੋਲੋਂ ਲੰਘ ਜਾਂਦੇ ਹੋ ਮੈਂ ਮਿੱਟੀ ਵਾਂਗੂ ਉੱਡ ਕੇ ਖੁਸ਼ੀ ਮਨਾਉਂਦਾ ਹਾਂ ਉਹ ਸਬਰਾਂ ਮੁੱਕੀਆਂ ਅੜੀਏ ਨੀ ਪਿਆਰ ਦੇ ਪੱਤਰੇ ਪੜੀਏ ਨੀ ਗੱਲ ਸੁਣ ਹੀਰੇ ਉਹ ਗੱਲ ਸੁਣ ਹੀਰੇ ਮੇਰੀ ਅੱਖੀਆਂ ਵਿੱਚ ਲਾਲੀ ਚਿਹਰੇ ਤੇ ਨੂਰ ਦੱਸ ਤੈਨੂੰ ਕੀ ਕਵਾਂ ਹੀਰਿਆਂ ਹੋਰ ਹੁਣ ਮੈਂ ਬੁਲਾਉਣਾ ਚਾਹੂੰਗੀ ਅੱਜ ਤੋਂ ਮਨਪ੍ਰੀਤ ਤੇ ਹਸ਼ਮਨ ਨੂੰ ਡਾਂਸ ਪਰਫਾਰਮੈਂਸ ਲਈ ਕਰਦੀ ਏ ਹੱਲ ਦੱਸ ਕਿਹੜਾ ਮਸਲਾ ਕੀ ਅੱਜ ਗੱਲ ਚੱਕਣਾ ਨੀ ਅਸਲਾ ਪਹਿਲ ਨਾ ਕਰਾਂ ਮੈਂ ਨਾ ਹੀ ਰਾਜੀ ਲੜ ਕੇ ਕਰ ਬਸ ਕਹਿਣੀ ਨਾਮ ਚ ਫੜ ਕੇ ਅੱਖ ਜੇ ਕੋਈ ਰੱਖੂ ਮੇਰੀ ਜਾਨ ਦੇ ਉੱਤੇ ਅੱਖ ਦੇ ਇਸ਼ਾਰੇ ਨਾਲ ਮੌਤ ਸਾਰੀ ਸਾਰ ਤੋੜ ਦੇਣਿਆ ਤੋੜ ਦੇਣਿਆ ਤੋੜ ਦੇਣਿਆ ਸਾਰੀ ਸਾਰ ਤੋੜ ਦੇਣਿਆ ਤੋੜ ਦੇਣਿਆ ਤੋੜ ਦੇਣਿਆ ਹਾਂਜੀ ਸਟਾਰਟ
ਸਹੇਲੀਆਂ ਦੀ ਅੱਖ ਜੇ ਜਾਂਦੀ ਆ ਨਾ
ਫਿਰ ਉਹ ਫਿਰ ਸਾਡੇ ਯਾਰਾਂ ਦੇ ਬੁੱਲ ਵੀ ਜਰਦੇ ਨਾਲ ਹੀ ਜਰਦੇ ਆ। ਵਿਚਕਾਰ ਦੀ ਵਿਚਕਰੀ ਮਾਰ ਲਿਆ ਨਾ, ਉਡੀ ਲੈਵਲ ਦਾ ਟੈਲੈਂਟ ਤੈਨੂੰ ਦੁਨੀਆਂ ਸਿਉਣ ਆਏਗੀ, ਤੂੰ ਭਾਲ ਲਿਆ ਮੇਰੀ ਆਹ ਗੱਲ ਵੱਡੇ ਖਤਾਨ ਚੜਨਾਗੇ, ਆਉਣ ਜਾਣ ਦਾ ਕਿਰਾਏ ਦਿੰਦੇ ਹੈਗੇ, ਪਰ ਭੁੱਲਿਆ ਤੈਨੂੰ ਸਿਉਣਾ ਨੀਗਾ। ਮਾਰੀ ਭੈੜੀ ਵਿਚਕਾਰੀ ਮਾਰਦਾ, ਕੰਨ ਵੀ ਨੀ ਮੂਰੇ ਕੀ ਨਾ ਕੱਢ ਕੇ
ਅਕਾਲ ਮੇਰਾ ਨਾਮ ਜਸਕਾਰ ਮੈਂ ਤੇ ਮੈਂ ਤੁਹਾਨੂੰ ਅੱਜ ਗਾਣਾ ਸੁਣਾਉਣ ਚੱਲਿਆ ਕੋਲੇ ਉਸ ਕੋਲੇ ਸਜਦਾ ਮੇਰਾ ਜਿਸ ਕੋਲੇਜ ਵਿੱਚ ਪੜਿਆ ਹਾਂ ਮੈਂ ਜਿੱਥੇ ਤੁਹਾਡੀ ਬਾਬੋ ਦੇ ਲਈ ਲੈਕਚਰਾਰ ਨਾਲ ਲੜਿਆ ਮੈਂ ਬੀ ਏ ਦੇ ਵਿੱਚ ਮੇਰੇ ਬੜੇ ਸਹੇਲੀ ਹੋਏ ਐਮ ਏ ਦੇ ਵਿੱਚ ਪੜ੍ਹਦੇ ਮੇਰੇ ਪੰਜ ਸੱਤ ਸਾਲੇ ਨੇ ਕਾਲਜ ਦੀ ਜ਼ਿੰਦਗੀ ਦੇ ਬਿਨ ਚਾਰ ਹੀ ਭੁੱਲ ਗਏ ਸੁੱਖ ਨਾਲੇ ਆਪਾਂ ਤਾਂ ਪੰਜ ਸਾਲ ਹੀ ਗਾਏ ਜਿਹਨੂੰ ਪਤਾ ਨਹੀਂ ਲੱਗਦਾ ਪੀੜੇ ਪਿੰਗ ਪੀਤੇ ਦਾ ਨਾਲੇ ਹਾਰ ਵੀ ਛੱਡ ਗਏ ਨੀ ਬਾਬਾ ਵੀ ਚੱਲ ਤੁਰਿਆ ਜਿੱਥੇ ਬਹਿੰਦੇ ਹੁੰਦੇ ਸੀ ਖੋਖੇ ਨੂੰ ਲੱਗ ਗਏ ਤਾਣੇ ਨੇ ਕਾਲਜ ਦੀ ਜ਼ਿੰਦਗੀ ਦੇ ਦਿਨ ਚਾਰ ਹੀ ਭੁੱਲ ਦੇ ਅੱਖੀਆਂ ਤੋਂ ਵੇਖ ਨਾ ਹੁੰਦੀ ਲੜੇ ਨੂੰ ਕਾਲੀਆਂ
ਤਸਵੀਰ ਤੇਰੀ ਤੇ ਤਾਰਿਆਂ ਦੀ ਥਾਂ ਤੇ ਲਿਖ ਦੇਵਾਂ ਨਾਮ ਤੇਰਾ ਜੀ ਰਹੇ ਹਾਂ ਅਸੀਂ ਬਿਨ ਵੀ ਤੇਰੇ ਅਸੀਂ ਬਣੇ ਕੋਈ ਜਿੰਦਾ ਲਾਸ਼ ਤਾਂ ਨਹੀਂ ਇੱਕ ਵਾਰ
ਵੰਡ ਕੇ ਮੁੜ ਇਕੱਠੇ ਹੋ ਜਾਈਏ ਸੱਜਣਾ ਇਹ ਜ਼ਿੰਦਗੀ ਹੈ ਕੋਈ ਤਾਸ਼ ਤਾਂ ਨਹੀਂ ਸਮੁੰਦਰ ਹੋਏਗਾ ਤੂੰ ਆਪਣੇ ਘਰ ਹੋਏਗਾ ਪਰ ਸਾਨੂੰ ਤੇਰੀ ਇੱਕ ਬੂੰਦ ਦੀ ਵੀ ਪਿਆਸ ਨਹੀਂ ਅੱਜ ਸਭ ਦੇ ਸਾਹਮਣੇ ਪਹਿਲੀ ਤੇ ਆਖਰ ਵਾਰ ਦੱਸ ਦੇਈਏ ਹੁਣ ਸਾਨੂੰ ਤੇ ਇੱਥੋਂ ਕੋਈ ਆਸ ਨਹੀਂ ਹੁਣ ਸਾਨੂੰ ਤੇ ਇੱਥੋਂ ਕੋਈ ਆਸ ਨਹੀਂ ਥੈਂਕ ਯੂ आप सभी ने इतना शानदार कार्यक्रम रखा वास्तव में जोश जुनून और जज्बा देखते हुए बनता है इसके लिए सभी बधाई के पात्र हैं जिस संस्था में आपस में इतना लगाव हो प्रेम प्यार हो टीचर्स का पूरा सहयोग हो उन बच्चों की कामयाबी निश्चित है जैसे कि इस संस्था के संचालक काम से ही जो पूरी तरह से परिलक्षित हो रहा है सुवेग को अगर डिफाइन किया जाए संधि विच्छेद हिंदी के बच्चे होंगे मोस्टली वेग जो एक निश्चित स्पीड से एक दिशा की तरफ जा रहे हैं और वो भी सुव्यवस्थित सुंदर आप सबको एक निश्चित दिशा में सही वेग दे रहे हैं तो आप जब एक निश्चित वेग से सैटेलाइट को छोड़ा जाता है क्लाइंट वेग तो आपका आइलेट्स पीटी करने वाले का बाहर जाना निश्चित है धन्यवाद कार्यक्रम बहुत शानदार रहा देखो टीचर्स भी है तो टीचर शब्द के उत्ते मैं बोलना सी पर मैं सोचा चलो बच्चे एंजॉय कर रहे हैं हाँ इस शब्द को हाईलाइट करना पड़ता है टीचर है ना जिंदगी दे विच तुहानू सिखाउण वाला हर स्टेज ते हुंदा है वह हर कोई तुहाडा गुरु है ठीक है कहण नूं इह निक्का जिहा टीचर्स डे है और टीचर नूं आपां अजकल यह भी समझ लिया कि यह सैलरी लैण वास्ते साडे मूहरे बोलदा है बट अगर तुसीं गौर करो तुहाडी जिंदगी बारे जिंदगी तुहाडी तराश दा ही टीचर है जे तुसीं जिंदगी दे विच एक चंगे मुकाम ते हैगे हो या फिर जिंदगी दे विच फेलियर ते हो मतलब तुहानूं जिंदगी चंगी नहीं लग रही सारिआं दे विच ना रोल टीचर दा आ कि तुसीं टीचर नूं लैके चले हो नाल या उहनूं इगनोर करके चले हो हर एक जो टीचर है मैं भी एक टीचर है और इस पेशे नूं मैं दिल नाल चुणिआ मैनूं सकून है इहदे विच कि मेरी वजह दे नाल कोई एक बच्चा भी अगर सक्सेस होके अपने करियर दे विच अगे जांदा है तां खुशी पता नहीं किन्नी मिलती है तुसीं लखां दे नाल उसकी खुशी नूं कंपेयर नहीं कर सकते जो जो मैनूं उदों मिलती है जदों साडे गुरु अकैडमी इंस्टीट्यूट जिहड़ा बूटा मैं 5 साल पहलां लाया सीगा इह जस्ट बूटा लाया तुहाडे बैटरमेंट वास्ते मतलब इहदे विच कोई बिजनेस नहीं जुड़िया होया इहदे विच इक बैटरमेंट और नाम भी जिहड़ा गुरु है उह इह चूज इदां ही कीता गया है कि इह किसी भी रिलीजन के उत्ते ना हो अकैडमी सिखा की है ये हिंदुआ की है ये मुसलमाना की है ठीक है गुरु जोड़ा शब्द है वो ये सोच के रख्या गया कि आप इदा नाम इस इंस्टीट्यूट में देना है जो सारे वास्ते एक साझा हो गुरु सब का ही साझा है गुरु किसी धर्म के नहीं आता गुरु वो हर कोई है जो थानू कोई ना कोई डायरैक्शन दे के थोड़ी जिंदगी बदलता चाहे वह थोड़े माँ प्यो है चाहे थोड़े वह पढ़ाने वाले टीचर है चाहे कितने भी थोनों कवे कि थोड़ा फ्रेंड भी गुरु हो सकता है
ਜਦੋਂ ਤੁਹਾਨੂੰ ਕਵੇ ਕਿ ਆਹ ਤੇਰੇ ਲਈ ਗਲਤ ਹੈ ਤੂੰ ਨਾ ਕਰ, ਆਹ ਤੇਰੇ ਲਈ ਨੁਕਸਾਨਦਾਇਕ ਹੋ ਸਕਦਾ, ਅੱਗੇ ਚੱਲ ਕੇ ਤੈਨੂੰ ਪ੍ਰੋਬਲਮਸ ਆ ਸਕਦੀਆਂ, ਤਾਂ ਉਹ ਵੀ ਤੁਹਾਡਾ ਗੁਰੂ ਹੈ। ਇਹ ਜਿਹੜਾ ਦਿਨ ਮਨਾ ਰਹੇ ਹੈ ਇਹ ਐਂਟਰਟੇਨਮੈਂਟ ਸੀਗਾ ਇਹਦਾ ਪਰਪਸ, ਲੇਕਿਨ ਇੱਕ ਦਿਨ ਨੂੰ ਥੋੜ੍ਹਾ ਜਿਹਾ ਵਿਚਾਰਨਾ ਵੀ ਜ਼ਰੂਰੀ ਹੈ। ਆਪਾਂ ਵਿਚਾਰਦੇ ਨੀਗੇ, ਆਪਾਂ ਦਿਨ ਕੱਟੀ ਜਾਂਦੇ ਹਾਂ ਡੇਲੀ, ਹੈ ਨਾ, ਵੀ ਆਪਾਂ ਇੰਜੋਇਮੈਂਟ ਕਰ ਲਿਆ, ਪੜ੍ਹ ਕੇ ਘਰ ਚਲੇ ਗਏ। ਵੀ ਆਰ ਨੋਟ ਸਟੈਚੂਜ਼, ਆਪਾਂ ਮੂਰਤੀਆਂ ਨਹੀਂ ਹੈਗੇ। ਵਿਚਾਰ ਵਾਸਤੇ ਵੀ ਟਾਈਮ ਨਿਕਲਣਾ ਚਾਹੀਦਾ ਕਿ ਅਸੀਂ ਜ਼ਿੰਦਗੀ ਨੂੰ ਕਲੋਜ਼ ਜਾ ਕੇ ਓਬਜ਼ਰਵ ਕੀਤਾ ਔਰ ਉਹਨੂੰ ਇੱਕ ਡਾਇਰੈਕਸ਼ਨ ਦਿੱਤੀ ਹੈ। ਤੁਹਾਡੀ ਡਾਇਰੈਕਸ਼ਨ, ਤੁਹਾਡੇ ਛੋਟੇ ਛੋਟੇ ਕਦਮ ਤੁਹਾਨੂੰ ਅੱਗੇ ਲੈ ਕੇ ਜਾਣਗੇ। ਕੋਈ ਚਮਤਕਾਰ ਨਹੀਂ ਹੋਣਾ, ਕੋਈ ਤਾਕੇ ਤਵੀਤਾਂ ਨਾਲ ਨਹੀਂ ਹੋਣਾ, ਠੀਕ ਆ। ਗੁਰੂ 'ਚ ਵਿਸ਼ਵਾਸ ਮੇਰਾ ਹੈਗਾ, ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ, ਰੱਬ ਨੂੰ ਮੰਨਦਾ, ਲੇਕਿਨ ਮੇਰੇ ਪਰਸਪੈਕਟਿਵ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਸਿਰਫ ਇੱਕ ਐਨਰਜੀ ਹੈ ਜੋ ਆਪਾਂ ਨੂੰ ਪੋਜ਼ਿਟਿਵ ਵਾਈਬ ਦਿੰਦੀ ਹੈ ਕਿ ਹਾਂ ਹੁਣ ਮੱਥਾ ਟੇਕ ਲਿਆ, ਹੁਣ ਆਪਾਂ ਸੀਸ ਝੁਕਾ ਲਿਆ, ਹੁਣ ਸਾਡੇ ਨਾਲ ਕੋਈ ਹੈਗਾ। ਬਸ ਉਹ ਐਨਰਜੀ ਹੈ, ਆਪਣੀ ਥਿੰਕਿੰਗ ਹੈ, ਉਹਦੀ ਵਜ੍ਹਾ ਨਾਲ ਤੁਸੀਂ ਕੁਛ ਪੋਜ਼ਿਟਿਵ ਐਕਸ਼ਨ ਲੈਣੇ ਸ਼ੁਰੂ ਕਰ ਦਿੰਦੇ ਹੋ ਜੋ ਤੁਹਾਡੀ ਜ਼ਿੰਦਗੀ 'ਚ ਚੇਂਜ ਲੈ ਕੇ ਆਉਂਦਾ ਹੈ। ਜ਼ਿੰਦਗੀ ਤੁਹਾਡੇ ਹੱਥ ਹੈ, ਤੁਸੀਂ ਇਹਨੂੰ ਮਾਯੂਸ ਹੋ ਕੇ ਕੱਟਣੀ ਹੈ ਜਾਂ ਫਿਰ ਇੱਕ ਚੰਗੇ ਗਾਈਡ ਦੀ, ਚੰਗੇ ਗੁਰੂ ਦੀ ਰਾਇ ਲੈ ਕੇ ਉਹਨੂੰ ਚੰਗੇ ਪਾਸੇ ਲੈ ਕੇ ਜਾਣਾ। ਗੁਰੂ ਤਰ੍ਹਾਂ ਤਰ੍ਹਾਂ ਦੇ ਮਿਲਣਗੇ ਅੱਜ ਦੇ ਜ਼ਮਾਨੇ ਦੇ ਵਿੱਚ। ਤੁਹਾਨੂੰ ਡਿਸਾਈਡ ਤੁਸੀਂ ਕਰਨਾ ਕਿ ਸਾਡਾ ਸਹੀ ਗੁਰੂ ਕਿਹੜਾ ਆ। ਅਸੀਂ ਕਹਿਣ ਨੂੰ ਗੁਰੂ ਹੁੰਦੇ ਹਾਂ, ਲੇਕਿਨ ਅਸੀਂ ਬਿਜ਼ਨਸਮੈਨ ਵੀ ਹੋ ਜਾਂਦੇ ਹਾਂ। ਸਾਡੇ ਕੋਲ ਜਦੋਂ ਕੋਈ ਐਡਮਿਸ਼ਨ ਲੈਣ ਆਉਂਦਾ ਉਦੋਂ ਸਾਡਾ ਦੀਨਮਾਨ ਹੁੰਦਾ ਕਿ ਅਸੀਂ ਇੱਕ ਗੁਰੂ ਵਾਂਗੂ ਇਹਨਾਂ ਨੂੰ ਰਾਇ ਦੇਣੀ ਹੈ, ਗੁਰੂ ਵਾਂਗੂ ਪੜ੍ਹਾਉਣਾ, ਜਾਂ ਫਿਰ ਆਪਾਂ ਇਹਨਾਂ ਨੂੰ ਬਿਜ਼ਨਸ ਦੇ ਤੌਰ ਤੇ ਰਾਇ ਦੇਣੀ ਹੈ ਕਿ ਆਜਾ ਆਜਾ ਪੀਟੀ ਕਰ ਲਾ, ਤੇਰਾ ਪੱਕਾ ਹੀ ਵੀਜ਼ਾ ਲੱਗ ਜੂਗਾ, ਭਾਵੇਂ ਵਿਚਾਰੇ ਦਾ 10 ਸਾਲਾਂ ਦਾ ਗੈਪ ਹੋਵੇ। ਤਾਂ ਉੱਥੇ ਤੁਸੀਂ ਗੁਰੂ ਸ਼ਬਦ ਵਿਚਾਰ ਲਿਓ ਕਿ ਇਹ ਤੁਹਾਡੇ ਲਈ ਗੁਰੂ ਹੈ ਜਾਂ ਤੁਹਾਡੇ ਲਈ ਇੱਕ ਇਹ ਮਤਲਬ ਤੁਹਾਨੂੰ ਕਸਟਮਰ ਦੀ ਤਰ੍ਹਾਂ ਟ੍ਰੀਟ ਕਰ ਰਿਹਾ। ਗੁਰੂ ਅਕੈਡਮੀ 'ਚ ਮੈਂ ਵਾਅਦਾ ਕਰਦਾ ਕਿ ਤੁਹਾਨੂੰ ਕਸਟਮਰ ਦੀ ਤਰ੍ਹਾਂ ਟ੍ਰੀਟ ਨਹੀਂ ਕੀਤਾ ਜਾਊਗਾ। ਤੁਸੀਂ ਸਾਡੇ ਕੋਲ ਆਏ ਹੋ, ਤੁਹਾਨੂੰ ਗਾਈਡ ਕਰਾਂਗੇ ਬੈਸਟ, ਚਾਹੇ ਉਹਦੇ 'ਚ ਸਾਡਾ ਲੋਸ ਹੋਵੇ ਸਾਨੂੰ ਕੋਈ ਦਿੱਕਤ ਨਹੀਂ, ਲੋਸ ਕੁਛ ਨਹੀਂ ਹੁੰਦੇ, ਲੋਸ ਆਪਣੇ ਮਨ ਦੇ ਹੁੰਦੇ ਆ। ਨਿੱਕੇ ਹੁੰਦਿਆਂ ਤੋਂ ਘਰੇ ਦਾਲ ਬਣਦੀ ਹੈ ਸ਼ਾਮ ਨੂੰ ਔਰ ਉਹਦੇ ਨਾਲ ਹੀ ਢਿੱਡ ਭਰ ਜਾਂਦਾ, ਤੁਹਾਡੇ ਤੋਂ ਲੱਖਾਂ ਕਮਾ ਕੇ ਵੀ ਕੋਈ ਲਹਿੰਦੀ ਚੀਜ਼ ਨਹੀਂ ਬਣਾਉਣੀ, ਪੜ੍ਹਨੀ ਸਾਡੇ ਦਾਲ ਹੀ ਹੈ, ਠੀਕ ਹੈ। ਇਸ ਕਰਕੇ ਸਬਰ ਕਰਨਾ ਤਾਂ ਅਸੀਂ 5-7 ਹਜ਼ਾਰ 'ਚ ਹੀ ਕਰ ਲੈਣਾ, ਤੇ ਨਹੀਂ ਆਉਣਾ ਤਾਂ 5-7 ਲੱਖ 'ਚ ਵੀ ਨਹੀਂ ਆਉਣਾ। ਲੇਕਿਨ ਤੁਹਾਨੂੰ ਇੱਕ ਸਲਾਹ ਦਊਂਗਾ ਟੀਚਰਸ ਡੇ ਦੇ ਉੱਤੇ ਕਿ ਟੀਚਰ ਦੀ ਰਿਸਪੈਕਟ ਕਰਿਆ ਕਰੋ। ਉਹਦੇ ਵਿੱਚ ਮੈਂ ਖੁਦ ਨੂੰ ਨਹੀਂ ਲੈ ਰਿਹਾ, ਤੁਸੀਂ ਮੇਰੀ ਰਿਸਪੈਕਟ ਕਰੋ। ਤੁਹਾਨੂੰ ਜਿਹੜਾ ਵੀ ਬੰਦਾ, ਚਾਹੇ ਤੁਸੀਂ ਗੁਰੂ ਅਕੈਡਮੀ ਦੇ ਵਿੱਚ ਜਿਹੜੇ ਤੁਹਾਨੂੰ ਪੜ੍ਹਾ ਰਹੇ ਹੈ ਜਾਂ ਜ਼ਿੰਦਗੀ 'ਚ ਜਿੱਥੇ ਵੀ ਤੁਹਾਡੇ ਨਾਲ ਜੁੜੇ ਹੋਏ ਹੈ, ਉਹਨਾਂ ਦੇ ਪ੍ਰਤੀ ਇੱਕ ਤੁਸੀਂ ਗਿਲਾ ਸ਼ਿਕਵਾ ਰੱਖਦੇ ਹੋ। ਜਦੋਂ ਕੋਈ ਤੁਹਾਨੂੰ ਡਾਂਟ ਕੇ ਕਹਿੰਦਾ, ਉਦੋਂ ਨਾ ਇੱਕ ਛੋਟੀ ਜਿਹੀ ਕੈਲਕੂਲੇਸ਼ਨ ਲਾ ਕੇ ਦੇਖਿਆ ਕਰੋ ਕਿ ਜਿਹੜੇ ਬੰਦੇ ਨੇ ਤੁਹਾਨੂੰ ਰੂਡ ਬਿਹੇਵ ਕਰਕੇ ਕਿਹਾ ਵੀ ਤੂੰ ਪੜ੍ਹ ਲਾ, ਉਹਨੂੰ ਕੋਈ ਤੁਹਾਡੇ ਤੋਂ ਪਰਸਨਲ ਬੈਨੀਫਿਟ ਹੈਗਾ? ਲੱਗਦਾ ਹੁੰਦਾ ਕਿ ਉਹਨੂੰ ਤੁਹਾਡੇ ਤੋਂ ਪਰਸਨਲ ਬੈਨੀਫਿਟ ਹੈ? ਜੇ ਤੂੰ ਕਨੇਡਾ ਚਲ ਜਾਏਗਾ ਤਾਂ ਤੇਰਾ ਸ਼ੇਅਰ ਉਹਦੇ ਅਕਾਊਂਟ 'ਚ ਆਉਣ ਲੱਗ ਜੂਗਾ, ਇੱਦਾਂ ਦਾ ਕੁਛ ਹੁੰਦਾ? ਜਾਂ ਤੁਹਾਡਾ ਕੋਈ ਤੁਹਾਡੇ ਟੀਚਰ ਨਾਲ ਪੜ੍ਹਾਉਣ ਵਾਲੇ ਨਾਲ ਕੋਈ ਵੱਟ ਬੰਨੇ ਦਾ ਰੌਲਾ ਹੁੰਦਾ? ਹੁੰਦਾ ਕੋਈ ਦੱਸੋਗੇ? ਤਾਂ ਸੋਚ ਪੋਜ਼ਿਟਿਵ ਰੱਖ ਕੇ ਨਾ, ਜਦੋਂ ਵੀ ਤੁਹਾਨੂੰ ਕੋਈ ਸਮਝਾਉਂਦਾ, ਤੁਹਾਨੂੰ ਲੜਕੇ ਕਹਿੰਦਾ, ਉਹ ਜਿਹੜਾ ਲੜਕੇ ਕਹਿੰਦਾ ਨਾ ਉਹ ਤੁਹਾਡਾ ਆਪਦਾ ਹੁੰਦਾ, ਔਰ ਜਿਹੜਾ ਮਿੱਠੀਆਂ ਮਿੱਠੀਆਂ ਗੱਲਾਂ ਮਾਰ ਕੇ ਤੁਹਾਨੂੰ ਭਰਮਾ ਕੇ ਰੱਖੇ, ਖੁਸ਼ ਕਰਕੇ ਰੱਖੇ, ਉਹ ਕਿਤੇ ਨਾ ਕਿਤੇ ਤੁਹਾਡਾ ਨਹੀਂ ਹੁੰਦਾ, ਉਹ ਆਪਦਾ ਹੁੰਦਾ ਆ, ਆਪਦਾ ਲਾਲਚ ਅੱਗੇ ਰੱਖਦਾ ਆ, ਉਹ ਤੁਹਾਡੇ ਨਾਲ ਸਹੀ ਨਹੀਂ ਕਰ ਰਿਹਾ ਹੁੰਦਾ। ਸੋ ਟੀਚਰਸ ਦੀ ਵੈਲਿਊ ਨੂੰ ਜ਼ਿੰਦਗੀ 'ਚ ਸਮਝ ਕੇ ਜੇ ਟੀਚਰ ਤੁਹਾਨੂੰ ਕੋਈ ਰਾਇ ਦਿੰਦਾ ਤੁਹਾਨੂੰ ਮੰਨਿਆ ਕਰੋ, ਉਹਦੇ 'ਤੇ ਚੱਲਿਆ ਕਰੋ। ਜੇ ਤੁਹਾਨੂੰ ਕੋਈ ਪੜ੍ਹਨ ਨੂੰ ਕਹਿੰਦਾ ਤਾਂ ਪੜ੍ਹੋ, ਕਿਉਂਕਿ ਪੜ੍ਹਨਾ ਪੈਣਾ। 5-7 ਸਾਲ ਬਾਅਦ ਕੀ ਹੋਊਗਾ, ਕੰਡੀਸ਼ਨਸ ਅਲੱਗ ਹੋ ਜਾਣੀਆਂ, ਗੈਪ ਬਣ ਜਾਣੇ ਆ, ਠੀਕ ਹੈ। ਬਾਹਰ ਜਾਣ ਵਾਲੇ ਬੱਚੇ ਬੈਠੇ ਹੋ ਤਾਂ ਉਸੇ ਵੀ ਨਾਲ ਗੱਲ ਹੁੰਦੀ ਹੈ ਕਿ ਤੁਹਾਡੀ ਜ਼ਿੰਦਗੀ 'ਚ ਸਟੱਡੀ 'ਚ ਗੈਪ ਆ ਜਾਣੇ ਆ, ਠੀਕ ਹੈ। ਉਹ ਤੋਂ ਬਾਅਦ ਤੁਹਾਡੇ ਕੋਲ ਇੱਕ ਪਛਤਾਵਾ ਰਹਿ ਜੂਗਾ ਕਿ ਜੇ ਮੈਂ ਉਦੋਂ ਕੀਤਾ ਹੁੰਦਾ ਤਾਂ ਸ਼ਾਇਦ ਕੁਛ ਹੋਰ ਹੁੰਦਾ। ਜ਼ਿੰਦਗੀ ਆਪੇ ਨਹੀਂ ਬਣਦੀ। 5.5 ਸਾਲ ਗੁਰੂ ਅਕੈਡਮੀ ਚੱਲ ਰਹੀ ਹੈ, ਮੈਨੂੰ ਸਟਰਗਲ ਕਰਦੇ ਨੂੰ ਹੋ ਗਏ ਹੈ, ਇਹ ਬਣਾਉਣੀ ਪੈਂਦੀ ਹੈ। ਜਦੋਂ ਸਰੀਰ ਥੱਕ ਜਾਂਦਾ, ਦਿਮਾਗ ਥੱਕ ਜਾਂਦਾ, ਜੇ ਉਦੋਂ ਵੀ ਉੱਠ ਕੇ ਖੜੇ ਹੋ ਜਾਓ ਨਾ ਕਿ ਨਹੀਂ ਕਰਨਾ, ਉਦੋਂ ਚੀਜ਼ਾਂ ਬਦਲਾਅ ਹੁੰਦੀਆਂ ਆ, ਅਦਰਵਾਈਜ਼ ਨਹੀਂ। ਇੱਕ ਛੋਟੀ ਜਿਹੀ ਮੰਡੀ ਆ, ਇੱਥੇ ਇੱਕ ਸੋਚ ਸੀਗੀ ਕਿ ਇੱਥੇ ਇੰਸਟੀਟਿਊਟ ਨਹੀਂ ਚੱਲਣੇ। ਕਿਉਂ ਨਹੀਂ ਚੱਲਣੇ? ਆਹ ਬੈਠੇ ਆ ਬੱਚੇ ਸਾਡੇ ਸਾਹਮਣੇ, ਇਹ ਇੱਥੋਂ ਦੇ ਹੀ ਹੈ, ਇਹਨਾਂ ਨੂੰ ਲੋੜ ਹੈ, ਤਾਂ ਇੱਥੇ ਕਿਉਂ ਨਹੀਂ ਚੱਲਣੇ? ਤਾਂ ਹਿੰਡ ਕਰਕੇ ਅੜ ਕੇ ਇਹੀ ਸੋਚ ਰੱਖੀ ਹੈ ਕਿ ਥੋੜ੍ਹਾ ਬਾਹਲਾ ਜਿਵੇਂ ਮਰਜ਼ੀ ਹੈ ਆਪਾਂ ਕਰਨਾ, ਔਰ ਵੀ ਆਰ ਚੇਂਜਿੰਗ। ਇਸ ਗੱਲ ਦਾ ਹੰਕਾਰ ਨਹੀਂ, ਲੇਕਿਨ ਮਾਣ ਜ਼ਰੂਰ ਹੁੰਦਾ ਕਿ 5 ਸਟੂਡੈਂਟ ਵਾਲੀ ਕਲਾਸ ਤੋਂ ਉੱਠ ਕੇ ਅੱਜ ਆਪਾਂ 100+ ਵਾਲੀ ਕਲਾਸ ਦੇ ਵਿੱਚ ਬੈਠੇ ਹਾਂ, ਤੁਹਾਡੇ ਸਹਿਯੋਗ ਨਾਲ, ਤੁਹਾਡੇ ਕੋਆਪਰੇਸ਼ਨ ਨਾਲ, ਤੁਹਾਡੇ ਵਿਸ਼ਵਾਸ ਨਾਲ। ਤੁਸੀਂ ਸਾਡੇ 'ਤੇ ਵਿਸ਼ਵਾਸ ਕਰਕੇ ਬੈਠੇ ਹੋ ਇੱਥੇ,
ਤਾਂ ਅਸੀਂ ਵੀ ਤਨ ਮਨ ਨਾਲ ਤੁਹਾਡੇ ਵਿਸ਼ਵਾਸ ਨੂੰ ਨਿਭਾਉਣ ਦੀ ਕੋਸ਼ਿਸ਼ ਕਰਾਂਗੇ। ਮੇਰੇ ਵੱਲੋਂ ਵਾਅਦਾ ਆ ਕਿ ਸਾਰਾ ਸਟਾਫ ਮੈਂਬਰ ਜੋ ਵੀ ਗੁਰੂ ਅਕੈਡਮੀ 'ਚ ਹੈਗੇ ਆ ਉਹਨਾਂ ਦੇ ਦਿਲ 'ਚ ਤੁਹਾਡੇ ਬੈਟਰਮੈਂਟ ਦੀ ਹੀ ਹੋਊਗੀ, ਤੁਹਾਡੇ ਨਾਲ ਕੋਈ ਇੱਦਾਂ ਦਾ ਨਹੀਂ ਹੋਊਗਾ ਕਿ ਤੁਹਾਨੂੰ ਮਾੜਾ ਹੋ ਜਾਊਗਾ, ਠੀਕ ਹੈ। ਸੋ ਬੈਸਟ ਵਿਸ਼ਿਜ਼ ਐਟ ਦਾ ਐਂਡ ਕਿ ਜੋ ਵੀ ਤੁਸੀਂ ਐਗਜ਼ਾਮ ਦੇਣ ਦੀ ਪਲਾਨਿੰਗ ਕਰ ਰਹੇ ਹੋ ਜਾਂ ਜੋ ਵੀ ਤੁਹਾਡੇ ਕਰੀਅਰ ਦੇ ਪਰਸਪੈਕਟਿਵ ਹੈਗੇ ਆ ਕਿ ਮੈਂ ਆਹ ਕਰਨਾ, ਇਹ ਕਰਨਾ, ਉਹ ਕਰਨਾ, ਅਤੇ ਇੱਕ ਡਿਸੀਜ਼ਨ ਲੈ ਲਓ ਕਿ ਆਹ ਕਰਨਾ, ਐਨਾਲਾਈਜ਼ ਕਰਕੇ ਕਿ ਇਹ ਹੋ ਸਕਦਾ, ਪ੍ਰੈਕਟੀਕਲੀ ਹੋ ਸਕਦਾ, ਜੇ ਹੋ ਸਕਦਾ ਡਿਸੀਜ਼ਨ ਲੈ ਲਓ ਕਿ ਹਾਂ ਇਹ ਕਰਨਾ, ਔਰ ਕਰਨਾ ਤਾਂ ਫਿਰ ਕਰਨਾ, ਤੁਹਾਨੂੰ ਕੋਈ ਵੀ ਤਾਕਤ ਨਹੀਂ ਰੋਕ ਸਕਦੀ। ਤੁਸੀਂ ਅਗਰ ਧਾਰ ਲਿਆ ਕਿ ਕਰਨਾ ਤਾਂ ਕਰਨਾ, ਫਿਰ ਜਿੱਥੇ ਤੁਸੀਂ ਜਾਓਗੇ ਉੱਥੇ ਜਾਓਗੇ, ਟਾਈਮ ਲੱਗ ਸਕਦਾ, ਐਫਰਟਸ ਲੱਗ ਸਕਦੇ ਆ, ਲੇਕਿਨ ਇਹ ਨਹੀਂ ਹੋ ਸਕਦਾ ਕਿ ਤੁਸੀਂ ਉੱਥੇ ਨਹੀਂ ਪਹੁੰਚੋਗੇ। ਸਟੇ ਪੋਜ਼ਿਟਿਵ ਔਰ ਆਪਣੀ ਸੋਚ ਚੰਗੀ ਰੱਖ ਕੇ ਆਸੇ ਪਾਸੇ ਨੂੰ ਪਿੱਛੇ ਲਾਓ ਆਪਦੇ, ਨਾ ਕਿ ਤੁਸੀਂ ਕਿਸੇ ਦੇ ਪਿੱਛੇ ਲੱਗੋ। ਕੁਛ ਇੱਦਾਂ ਦਾ ਕਰੋ ਕਿ ਕਹਿਣ ਕਿ ਫਲਾਨਿਆਂ ਦੇ ਮੁੰਡੇ ਨੇ ਆਹ ਚੀਜ਼ ਕੀਤੀ ਹੈ, ਆਪਾਂ ਵੀ ਕਰੀਏ, ਉੱਦਾਂ ਦੇ ਤੁਸੀਂ ਬਣੋ। ਤੁਸੀਂ ਹਰੇਕ ਵਾਸਤੇ ਇੱਕ ਪੋਜ਼ਿਟਿਵ ਵਾਈਬ ਬਣੋ ਕਿ ਹਾਂ ਫਲਾਨੀ ਕੁੜੀ ਕਰਦੀ ਸੀਗੀ, ਉਹਦਾ ਬੇਸ ਬਹੁਤ ਕਮਜ਼ੋਰ ਸੀਗਾ ਲੇਕਿਨ ਉਹ ਕਰ ਗਈ, ਠੀਕ ਹੈ, ਉਹ ਮੁੰਡਾ ਬਹੁਤ ਵੀਕ ਸੀਗਾ ਲੇਕਿਨ ਉਹ ਕਰ ਗਿਆ, ਉਹ ਕਰ ਸਕਦਾ ਤਾਂ ਮੈਂ ਕਿਉਂ ਨਹੀਂ। ਅਗਰ ਤੁਸੀਂ ਉਹ ਬਣ ਸਕਦੇ ਹੋ ਨਾ ਜ਼ਿੰਦਗੀ 'ਚ ਤਾਂ ਉਹ ਬਣਿਓ, ਉਹ ਨਾ ਬਣਿਓ ਕੋਈ ਕਵੇ ਯਾਰ ਉਹਦੇ ਵਰਗਾ ਨਾ ਬਣੇ, ਠੀਕ ਹੈ। ਸੋ ਐਟ ਦਾ ਐਂਡ ਬੈਸਟ ਵਿਸ਼ਿਜ਼ ਤੁਹਾਡੇ ਕਰੀਅਰ ਵਾਸਤੇ, ਥੈਂਕ ਯੂ। ਸਭ ਸਿਖਾਇਆ ਮਾਫ ਕੀ ਗਲਤੀਆਂ ਸੰਭਾਲਿਆ ਜਬ ਵੀ ਲੜਖੜਾਇਆ ਸ਼ੁਕਰੀਆ 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 ਟੂ ਆਲ ਦ ਟੀਚਰਸ ਵੀ ਹੈਵ ਮੈਟ ਇਨ ਦਿਸ ਲਾਈਫ ਅ ਵੈਰੀ ਹੈਪੀ ਟੀਚਰਸ ਡੇ ਫਰੋਮ ਆਲ ਆਫ ਅਸ ਐਂਡ ਥੈਂਕ ਯੂ ਫਾਰ ਮੇਕਿੰਗ ਅਸ ਸੰਸਥਾ ਦੀ ਤਰਫ ਸੇ ਸੋਲ ਮੈਂ ਕਰਨਾ ਚਾਹੁੰਦਾ ਸ਼੍ਰੀ ਸੁਵੇਗ ਸਰ ਕੋ ਸੁਵੇਗ ਸਰ ਸੇ ਮੈਨੇ ਕੁਛ ਦਿਨੋਂ ਪਹਿਲੇ ਆਗ੍ਰਹਿ ਕੀਆ ਥਾ ਕਿ ਸੰਸਥਾ ਕੋ ਇਨਵਰਟਰ ਕੇ ਲੀਏ ਬੈਟਰੀ ਕੀ ਆਵਸ਼ਕਤਾ ਹੈ ਅਗਰ ਕੋਈ ਆਪਕੇ ਸਟੂਡੈਂਟ ਬਾਹਰ ਗਏ ਹੈ ਔਰ ਸਮਾਜਿਕ ਕਾਰਯ ਮੇਂ ਯੋਗਦਾਨ ਦੇਣਾ ਚਾਹਤੇ ਹੈ ਤੋ ਇਨਹੋਨੇ ਕਹਾ ਕਿ ਮੈਂ ਅਭੀ ਸਟੂਡੈਂਟ ਸੇ ਤੋ ਰਿਕੁਐਸਟ ਨਹੀਂ ਕਰੂੰਗਾ ਪਰ ਇੱਕ ਬੈਟਰੀ ਮੈਂ ਸੰਸਥਾ ਕੋ ਆਪਣੀ ਤਰਫ ਸੇ ਡੋਨੇਟ ਕਰੂੰਗਾ ਸੁਵੇਗ ਸਰ ਨੇ ਇੱਕ ਬੈਂਕ ਦੀ 150,000 ਰੁਪਏ ਕੀ ਸੰਸਥਾ ਕੋ ਭੇਜੀ ਹੈ ਜਿਸਕੇ ਲੀਏ ਰਾਜਕੀਯ ਅੰਬੇਡਕਰ ਛਾਤਰਾਵਾਸ ਉਨਕਾ ਆਭਾਰੀ ਰਹੇਗਾ ਮੈਂ ਮੇਰੇ ਸਟਾਫ ਔਰ ਛਾਤਰਾਵਾਸ ਕੇ ਦੋ ਤਿੰਨ ਬੱਚੇ ਜੋ ਯਹਾਂ ਉਪਸਥਿਤ ਹੈ ਉਨਕੋ ਆਮੰਤ੍ਰਿਤ ਕਰੂੰਗਾ ਕਿ ਸਰ ਕੋ ਸੌਲ ਉਡਾ ਕਰ ਸਨਮਾਨਿਤ ਕਰੇ ਔਰ ਉਨਕਾ ਆਭਾਰ ਵੇ ਹਾਲਾਂਕਿ ਮੇਰਾ ਵੀ ਨਾਮ ਸੀਗਾ ਇਹਦੇ ਵਿੱਚ ਵੋਟਾਂ ਦੀ ਗਿਣਤੀ ਵੀ ਹੋ ਕੇ ਰਿਜ਼ਲਟ ਆ ਗਿਆ ਆ ਅਤੇ ਗੈਸ ਕਰੂੰਗੇ ਕਿ ਅੱਜ ਵੋਟਾਂ 'ਚ ਆਪਣਾ MLA ਕਹਿ ਲਓ ਸਰਪੰਚ ਕਹਿ ਲਓ ਜਾਂ ਮੁੱਖ ਮੰਤਰੀ ਪ੍ਰਧਾਨ ਮੰਤਰੀ ਕੌਣ ਬਣਿਆ ਪਰ ਆਪਣੇ ਤਾਂ ਇਹੀ ਮੁੱਖ ਮੰਤਰੀ ਹੈ ਜਿਨ੍ਹਾਂ 'ਤੇ ਆਪਾਂ ਟਿਕੇ ਹੋਏ ਹਾਂ ਆਪਣੇ ਮੁੱਖ ਮੰਤਰੀ ਇਹੀ ਹੈ ਅਤੇ ਅੱਜ ਦਾ ਮੁੱਖ ਮੰਤਰੀ ਬੈਸਟ ਟੀਚਰ ਅਵਾਰਡ ਕਿਹਨੂੰ ਜਾਂਦਾ ਹੈ
ਦੇਖੋ ਐਕਸਪੈਕਟਡ ਨੀਗਾ ਪਰ ਹੈਗਾ ਵੀ ਹੈ ਐਕਸਪੈਕਟਡ ਨਹੀਂਗਾ ਤੇ ਹੈਗਾ ਵੀ ਹੈ ਮੈਂ ਅਨਾਉਂਸ ਕਰ ਹੀ ਦੇਣਾ ਹੈ ਲੇਕਿਨ ਪਹਿਲਾਂ ਤੁਸੀਂ ਗੈਸਸ ਕਰੋ ਕਿ ਹੂ ਇਜ਼ ਦਾ ਬੈਸਟ ਟੀਚਰ ਟੂਡੇ ਹਾਂਜੀ ਇੱਕ ਜ਼ਰੂਰ ਹੈਗਾ ਕਿ ਆਪਣੀਆਂ ਨਾ ਜਿਹੜੀਆਂ ਵੋਟਾਂ ਹੈ ਉਹ ਸਾਰਿਆਂ ਦੀਆਂ ਨਹੀਂ ਪਈਆਂ ਕਾਊਂਟਿੰਗ ਕੀਤੀ ਸੀਗੀ ਤੁਸੀਂ 96 ਜਾਂ 100 ਦੇ ਅਰਾਊਂਡ ਹੋ ਲੇਕਿਨ ਵੋਟਾਂ ਜਿਹੜੀਆਂ ਹੋਈਆਂ ਉਹ 78 ਵੋਟਾਂ ਪਈਆਂ ਸਰ ਕੋਲ ਹੀ ਨਹੀਂ ਹੋਈਆਂ ਵੋਟਾਂ ਔਰ ਤੇ ਅੱਜ ਦੇ ਜਿਹੜੇ ਆਪਣੇ ਵਿਨਰ ਹੈ ਉਹ ਕਿੰਨੀਆਂ ਵੋਟਾਂ ਤੋਂ ਜਿੱਤੇ ਹੋਣਗੇ 4 ਵੋਟਾਂ ਤੋਂ 4 ਵੋਟਾਂ ਤੋਂ ਜਿੱਤ ਗਏ ਔਰ ਸੈਕਿੰਡ ਨੰਬਰ ਤੇ ਮੈਂ ਖੁਦ ਹਾਂ ਸੈਕਿੰਡ ਨੰਬਰ ਤੇ ਮੈਂ ਖੁਦ ਹਾਂ ਐਮਐਲਏ ਸਾਹਿਬ ਆਪਣੇ ਕੁਨਾਲ ਸਾਹਿਬ
तमक बेसा वाली जुगने कन्ना ते हाथ तर लो 35-35 फुट लंबे स्पीकर चगा लग जानिया हो जुगनी जी हो जुगनी जी ਘਰਾਣਾ ਤੁਸੀਂ ਬਹੁਤ ਸੋਹਣੀਆਂ ਗੁੱਡੀਆਂ ਬਣਾਈਆਂ ਤੁਸੀਂ ਲੜੋ ਨਾ ਰਲ ਕੇ ਰੋ ਮੇਰੀਆਂ ਭੈਣਾਂ ਕੱਲਾ ਹੀ ਨੀ ਮਾਨ ਸੀ ਪੱਲਾ ਜੋ ਸੋਹਣੀਏ ਕੱਲਾ ਹੀ ਨੀ ਮਾਨ ਸੀ ਪੱਲਾ ਜੋ ਸੋਹਣੀਏ ਚੱਪਲਾਂ ਨੇ ਦੁੱਕਣੀ ਕਰੇ ਨੀ ਤੂੰ ਕਿੰਨਿਆਂ ਨੂੰ ਹੋਰ ਦਿੱਤੀਆਂ ਮੈਨੂੰ ਦੇਣ ਬਾਕੀ ਕਿਹੜਾ ਮੌਤ